हेलो फ्रेंड्स, गुड मॉर्निंग, वेलकम टू बैक माई न्यू ब्लॉग। दोस्तों जब आप ना कल गए ही अपना उत्थे कि नाल इदा हवाई अड्डे रेस्टोरेंट च सीन तो बहुत वधिया ही, वेखण वाला ही सीन ही, तो बहुत मज़ा आया उत्थे सारी दिहाड़ी घूमन दा। तो पर एको ही गल माड़ी कि जिस तरह तुसीं जांदे ना उपर जिहड़ा जहाज़ बनिया वा हवाई अड्डे वाला जहाज़, उहदे विच रेस्टोरेंट च खाना खाणा जांदे उह बड़ा मुश्किल जिहा वा। ਕਾਫੀ 2-2.5 ਘੰਟੇ ਲੱਗਦੇ, ਖੁੱਲ੍ਹਾ ਟਾਈਮ ਚਾਹੀਦਾ। ਇੱਕ ਨਾ ਸਰਦਾਰ ਜੀ ਨੇ ਇਸ ਤਰ੍ਹਾਂ 2-2.5 ਘੰਟੇ ਲਾ ਕੇ ਨਾ ਸਾਡੇ ਨਾਲ ਦੀ ਸੀਟ 'ਤੇ ਬੈਠੇ ਸੀ, ਅਤੇ ਵਿਚਾਰੇ ਉੱਥੇ ਪਹੁੰਚੇ ਅਤੇ ਉਹ ਰੋਟੀ ਖਾਣ ਲੱਗੇ ਨਾ ਜਦੋਂ, ਅਤੇ ਰੋਟੀ 1.5 ਘੰਟੇ ਬਾਅਦ ਆਈ, ਉਹ ਵੀ ਠੰਡੀ, ਅਤੇ ਉਹਨਾਂ ਨੂੰ ਬੜਾ ਗੁੱਸਾ ਆਇਆ। ਵਿਚਾਰੇ ਨੇ ਕਿਹਾ ਕੁਛ ਨਹੀਂ, ਕਹਿੰਦਾ ਭਾਅ ਜੀ ਮੈਂ ਇਹੋ ਜਿਹੀ ਰੋਟੀ ਨਹੀਂ ਖਾ ਸਕਦਾ। ਉਹਨੇ ਆਪਣੀ ਫੈਮਿਲੀ ਨੂੰ ਨਾਲ ਉਠਾਇਆ ਅਤੇ ਵਿਚਾਰੇ ਚੱਲ ਗਏ। ਉਹਨਾਂ ਦੀ ਪੂਰੀ ਫੈਮਿਲੀ ਬਿਨਾਂ ਖਾਣਾ ਖਾਧੀ ਚੱਲ ਗਈ, ਪਰ ਨਾ ਉਹਨਾਂ ਦੇ ਮੈਨੇਜਰ ਨੇ ਨਾ ਕੋਈ ਰਿਐਕਸ਼ਨ ਨਹੀਂ ਦਿੱਤਾ, ਨਾ ਕੁਛ ਨਹੀਂ ਕਿਹਾ ਕਿ ਭਾਅ ਜੀ ਰੁਕ ਜਾਓ ਜਾਂ ਅਸੀਂ ਦੁਬਾਰਾ ਦੀ ਬਣਾ ਦਿੰਦੇ ਨਾ। ਅਤੇ ਉਹ ਵਿਚਾਰੇ ਦੇ ਜਿੰਨੇ ਉਹਨੇ ਮਤਲਬ ਕਿ 1,000-1,200 ਖਰਚਾ ਸੀ, ਉਹ ਸਾਰਾ ਇਸ ਤਰ੍ਹਾਂ ਹੀ ਬੇਕਾਰ ਗਿਆ ਅਤੇ ਵਿਚਾਰਾ ਚੱਲ ਗਿਆ। ਮੈਨੂੰ ਬੜਾ ਦੁੱਖ ਹੋਇਆ, ਅਤੇ ਮਤਲਬ ਕਿ ਉਹਨਾਂ ਦਾ ਨਾ ਬਿਹੇਵੀਅਰ ਨਹੀਂ ਸਹੀ, ਬਾਕੀ ਚੀਜ਼ ਵਧੀਆ ਵਾ। ਅਤੇ ਇੰਨੀ ਭੀੜ ਵੇਖ ਕੇ ਨਾ ਅੰਦਾਜ਼ਾ ਲਾਓ ਕਿ ਇਹ ਕਿਹੜੀ ਜਗ੍ਹਾ ਹੋਊਗੀ ਜਿੱਥੇ ਇੰਨੀ ਦੁਨੀਆ ਇਕੱਠੀ ਹੋਈ ਆ। ਮੋਟਰਸਾਈਕਲ ਹੀ ਮੋਟਰਸਾਈਕਲ ਇਹ ਆ ਜੀ BR ਰਿਸੋਰਟ, ਜੋ ਕਿ ਅੰਮ੍ਰਿਤਸਰ ਤੋਂ ਅਟਾਰੀ ਬਾਘਾ ਬਾਰਡਰ ਦੇ ਰਸਤੇ 'ਚ ਪੈਂਦਾ। ਅਤੇ ਇੱਥੇ ਆਇਆ ਜੀ ਸ਼੍ਰੀ ਸ਼੍ਰੀ 1008 ਮਹੰਤ ਰਾਮ ਸੁੰਦਰਦਾਸ ਜੀ ਧਿਆਨਪੁਰ ਵਾਲੇ। ਅਤੇ ਤੁਸੀਂ ਵੇਖ ਸਕਦੇ ਕਿ ਭੀੜ ਕਿਸ ਤਰ੍ਹਾਂ ਵਾ, ਬਹੁਤ ਜ਼ਿਆਦਾ ਭਗਤ ਆਏ ਇੱਥੇ ਅੱਗੇ, ਅਤੇ ਬਾਹਰ ਤੱਕ ਲੰਬੀ ਲਾਈਨ ਲੱਗੀ ਹੈ। ਅਤੇ ਤੁਸੀਂ ਇਸ ਤਰ੍ਹਾਂ ਹੀ ਦਰਸ਼ਨ ਕਰ ਸਕਦੇ ਹੋ, ਆਖੋ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਲਓ ਉਹ ਮਹਾਰਾਜ ਜੀ ਬੈਠੇ ਆ ਅਤੇ ਸਾਰੀ ਸੰਗਤ ਦਰਸ਼ਨ ਕਰ ਰਹੀ ਹੈ। ਦਰਸ਼ਨ ਲਈ ਪਹੁੰਚੀ ਹੈ ਕਿ ਕੋਈ ਹਿਸਾਬ ਹੀ ਨਹੀਂ ਆ, ਅਤੇ ਲਾਈਨ 'ਚ ਲੱਗ ਕੇ ਮੱਥਾ ਟੇਕਣਾ ਬੜਾ ਔਖਾ ਇੱਥੇ ਵੀ ਧਿਆਨਪੁਰ ਵਾਂਗੂ ਹੀ। ਮੈਂ ਤੁਹਾਨੂੰ ਇਸ ਤਰ੍ਹਾਂ ਹੀ ਦਰਸ਼ਨ ਕਰਵਾ ਦਿੰਦਾ ਬੈਕ ਸਾਈਡ ਤੋਂ ਜਾ ਕੇ। ਇਸ ਵਕਤ ਤੋਂ ਵੱਜੇ ਜੀ ਸ਼ਾਮ ਦੇ 4, ਬਹੁਤ ਜ਼ਿਆਦਾ ਸੰਗਤ ਅਜੇ ਵੀ ਆ ਰਹੀ ਆ, ਕੁਛ ਲੋਕ ਜਾ ਰਹੇ ਆ ਕੁਛ ਆ ਰਹੇ ਆ, ਜਿਹਨਾਂ ਨੇ ਮੱਥਾ ਟੇਕ ਲਿਆ ਵਾ। ਦੂਸਰੀ ਸਾਈਡ 'ਤੇ ਲੰਗਰ ਵੀ ਲੱਗਾ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਆਖੋ ਸਾਰੀ ਸੰਗਤ ਨੂੰ, ਆਓ ਜੀ ਸ਼੍ਰੀ ਰਾਮ ਜਾਨਕੀ ਬੈਠੇ ਹੈ ਮੇਰੇ ਸੀਨੇ ਮੇਂ। ਹੁਣ ਸੱਚੇ ਦਰਬਾਰ ਕੁੜੀ ਕਿਹਦੀ ਗੁਆਚੀ ਹੈ ਲੈ ਲਓ ਯਾਰ, ਕਿੱਦਾਂ
ਇਹ ਕੁੜੀ ਕਿਸੇ ਦੀ ਫੋਨ ਹੋ ਗਈ ਜੀ ਆਣ ਕੇ ਲੈ ਲਓ ਜੀ ਮੇਰੇ ਕੋਲ ਪੰਗਾ ਚੱਲ ਰਿਹਾ ਛੋਟੀ ਧੀ ਇਹ ਕਿਹੜੀ ਕਿਹੜੀ ਜੀ ਮੇਰੇ ਕੋਲ ਆ ਗਈ ਹੈ ਕਿਸੇ ਦੀ ਫੋਨ ਹੋ ਗਈ ਹੈ ਆਣ ਕੇ ਲੈ ਜਾਓ ਇੰਨੀ ਭੀੜ ਹੈ ਜੀ ਇੱਥੇ ਕਿਸੇ ਦਾ ਬੱਚਾ ਰਹਿ ਗਿਆ ਉਹਦੇ ਵਾਸਤੇ ਅਨਾਊਂਸਮੈਂਟ ਕਰਨ ਡੇ ਆ ਅਤੇ ਅੱਗੇ ਕਿਸੇ ਦਾ ਆਈਫੋਨ ਵੀ ਡਿੱਗ ਗਿਆ ਸੀ ਉਹਦੇ ਵਾਸਤੇ ਵੀ ਅਨਾਊਂਸਮੈਂਟ ਕਰਨ ਡੇ ਕਿ ਜਿਹਨੂੰ ਕਿਸੇ ਨੂੰ ਲੰਬਾ ਦੇ ਦਿਓ ਤੁਹਾਨੂੰ ਖਾਨਾ ਵੇਖੋ ਕਿਸ ਤਰ੍ਹਾਂ ਬਾਹਰ ਤੱਕ ਅਜੇ ਵੀ ਲੈਣ ਲੱਗੀ ਲੋਕਾਂ ਬਹੁਤ ਹੀ ਜ਼ਿਆਦਾ ਲੰਬੀ ਲਾਈਨ ਹੈ ਲੋਕਾਂ ਦੀ ਸ਼ਰਧਾ ਬੜੀ ਹੈ ਵੇਖੋ ਭਾਵੇਂ ਕਿੰਨਾ ਚਿਰ ਲੱਗ ਗਏ ਦੇਖੋ ਲੋਕ ਨੱਚਣ ਡੇ ਇੱਧਰਲੀ ਸਾਈਡ ਲੰਗਰ ਦਾ ਇੰਤਜ਼ਾਮ ਆ ਆਇਓ ਲੰਗਰ ਵੀ ਵੇਖਦੇ ਕਿਸ ਚੀਜ਼ ਦਾ ਲੱਗਾ ਇੱਧਰ ਵੀ ਕਾਫੀ ਜ਼ਿਆਦਾ ਲੰਬੀ ਲਾਈਨ ਹੈ ਕੋਈ ਬਹੁਤ ਹੀ ਜ਼ਿਆਦਾ ਵੱਡਾ ਲੰਗਰ ਚੱਲਦੇ ਚੱਲੋ ਚੱਲਦੇ ਚੱਲੋ ਚੱਲਦੇ ਚੱਲੋ ਚੱਲਦੇ ਚੱਲੋ